ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਅੱਜ ਪਹੁੰਚੇ ਹੋਇਆ ਹਾਂ ਪਿੰਡ ਮਿਆਦਿਆਂ ਗੱਲ ਕਰਾਂਗੇ ਗੁਰਜੀਤ ਕੌਰ ਦੀ ਗਰਜੀਤ ਕੌਰ ਉਹ ਪੰਜਾਬ ਦੀ ਤੀਜਿਸ ਨੇ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਖੇਡਦੇ ਹੋਏ ਪੰਜਾਬ ਦੀ ਇਕਲੌਤੀ ਖਿਡਾਰਨੀ ਵੱਡਾ ਮਾਣ ਕੀਤਾ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਉਹਨੂੰ ਵੱਡੇ ਮਾਣ ਕਿਤੇ ਜਿਵੇਂ ਕਿ ਗਰਜੀਤ ਦੀ ਖੇਡ ਨੂੰ ਅਸੀਂ ਦੇਖਿਆ ਕਿ ਟੋਕੀਓ 올림픽 ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਿਹੜਾ ਕੁਝ ਦਿਨ ਪਹਿਲਾਂ ਇੱਥੇ ਪਹੁੰਚੀ ਸੀ ਬੀਤੇ ਕਾਲ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਉਹਨਾਂ ਦਾ ਵੱਡੇ ਮ ਕੈਬਨ ਮੰਤਰੀ ਪੰਜਾਬ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਚੇਚੇ ਤੌਰ ਤੇ ਗੁਰਜੀਤ ਉਹਨਾਂ ਦੇ ਘਰ ਪਹੁੰਚੇ ਹੋਏ ਆ ਉਹਨਾਂ ਵੱਲੋਂ ਜਿਹੜਾ ਆ ਕੇ ਇੱਥੇ ਗੁਰਜੀਤ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਆਪਣੀ ਨਿੱਜੀ ਜੇਬ ਦੇ ਵਿੱਚੋਂ ਨਾ 10 ਲੱਖ ਰੁਪਏ ਦਾ ਜਿਹੜਾ ਚੈੱਕ ਵੀ ਗੁਰਜੀਤ ਨੂੰ ਦਿੱਤਾ ਵੱਡਾ ਮਾਨ ਸਨਮਾਨਿਤ ਅਸੀਂ ਸਰਕਾਰੀਆ ਸਾਹਿਬ ਨਾਲ ਗੱਲਬਾਤ ਕਰਾਂਗੇ ਹਾਂਜੀ ਸਰਕਾਰੀਆ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਅਜੀਤੇ ਸਵਾਗਤ ਹੈ ਜੀ ਮੇਰੇ ਵੱਲੋਂ ਵੀ ਸਾਰੇ ਤੁਹਾਡੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈਆਂ ਕਿਉਂਕਿ ਸਾਡੇ ਸਾਰਿਆਂ ਲਈ ਬੜਾ ਖੁਸ਼ੀ ਭਰਿਆ ਮੌਕਾ ਹੈ ਔਰ ਜਿਹੜਾ ਪਿਛੇ 올림픽 ਹੋਈਆਂ ਸਾਡੀਆਂ ਗੇਮਾਂ ਉਹਦੇ ਚੋਂ ਸਾਡੇ ਖਲਕੇ ਦੀ ਬੇਟੀ ਗੁਰਜੀਤ ਜਿਹੜੀ ਮਹਿਲਾ ਹਾਕੀ ਦੀ ਟੀਮ ਸੀਗੀ ਔਰ ਬੜੀ ਵਧੀਆ ਜਿਹਨੇ ਪ੍ਰਦਰਸ਼ਨ ਕੀਤਾ ਔਰ ਆਪਣਾ ਨਾਂ ਜਿਹਨੇ ਬਹੁਤ ਵਧੀਆ ਕਮਾਇਆ ਉਹਦੇ ਚ ਸਾਨੂੰ ਸਾਰਿਆਂ ਨੂੰ ਖੁਸ਼ੀ ਆ ਪਿੰਡ ਵਾਲਿਆਂ ਨੂੰ ਵਧਾਈ ਦੇਣ ਆ ਬੇਟੀ ਨੂੰ ਵਧਾਈ ਦੇਣ ਆ ਔਰ ਮੈਨੂੰ ਆਪ ਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਮੇਰੇ ਹਲਕੇ ਦੇ ਵਿੱਚ ਜਿੱਥੋਂ ਦੀ ਮੈਂ ਨਿਮਾਇੰਦਗੀ ਕਰਦਾ ਉੱਥੋਂ ਦੀ ਇਹ ਬੇਟੀ ਹੈ ਔਰ ਮੈਨੂੰ ਵੀ ਇਹਦੀਆਂ ਬਹੁਤ ਵਧਾਈਆਂ ਮਿਲੀਆਂ ਇੱਕ ਵੱਡੇ ਮਾਣ ਵਾਲੀ ਗੱਲ ਹੈ ਕਿ ਇੱਕ ਸਰਹੱਦੀ ਪਛੜਿਆ ਪਿੰਡ ਆਪਾਂ ਕਹਿ ਸਕਦੇ ਹਾਂ ਸਹੂਲਤਾਂ ਦੀ ਵੀ ਕਾਫੀ ਘਾਟ ਸੀ ਜਦੋਂ ਤੋਂ ਲੈ ਕੇ ਗਰਜੀਤ ਨੇ ਹਾਕੀ ਸ਼ੁਰੂਆਤ ਕੀਤੀ ਤੇ ਅੱਜ ਟੋਕੀਓ 올림픽 ਤੱਕ ਕੱਲੇ ਰਾਜਸਥਾਨ ਸੀ ਹਲਕੇ ਜਾਂ ਆਪਣੇ ਪਿੰਡਾਂ ਨੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਦੇਖੋ ਇਹ ਮੈਂ ਤੇ ਅੰਦਰ ਵੀ ਬੈਠਾ ਇਹੋ ਗੱਲਾਂ ਕਰ ਰਿਹਾ ਆ ਇਸਾਂ ਵੀ ਬੜੀ ਵੱਡੀ ਚੀਜ਼ ਮੈਂਟਿਆ ਕਿਉਂਕਿ ਇਹ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਔਰ ਇੱਕ ਬੇਟੀ ਲਈ ਲੜਕੀ ਹੋਣ ਦੇ ਲਈ ਇਹਨੇ ਜਿੰਨੀ ਮਿਹਨਤ ਕੀਤੀ ਆ ਔਰ ਇਸ ਇਸ ਮੁਕਾਮ ਤੱਕ ਜਿਹੜੀ ਪਹੁੰਚੀ ਹੈ ਬਹੁਤ ਵੱਡੀ ਅਚੀਵਮੈਂਟ ਆ ਇਹ ਇਹਨੂੰ ਵੇਖ ਕੇ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੀਆਂ ਲੜਕੀਆਂ ਜਾਂ ਸਾਡੇ ਇਲਾਕੇ ਦੀਆਂ ਉਹਨਾਂ ਨੂੰ ਵੀ ਬਹੁਤ ਸਾਰਾ ਉਤਸ਼ਾਹ ਮਿਲੂਗਾ ਅਕਸਰ ਦੇਖਣ ਵਿੱਚ ਆਉਂਦਾ ਕਿ ਲੋਕ ਕਹਿੰਦੇ ਆ ਕਿ ਤਿਆਂ ਨੂੰ ਘਰੋਂ ਬਾਹਰ ਨਾ ਕੱਢੋ ਪਰ ਪਰਿਵਾਰ ਦੀ ਵੀ ਵੱਡੀ ਦੇਣ ਹੈ ਸ਼ੁਰੂ ਤੋਂ ਲੈ ਕੇ ਜਿਵੇਂ ਹੁਣੇ ਸਾਡੇ ਪਿਤਾ ਜੀ ਨਾਲ ਗੱਲ ਹੋ ਰਹੀ ਸੀ ਇਹਨਾਂ ਦੇ ਨਾਲ ਕਿ ਮੈਂ ਠੰਡ ਦੇ ਦਿਨਾਂ ਦੇ ਵਿੱਚ ਵੀ ਕੈਰੋਨ ਨੂੰ ਛੱਡਣ ਜਾਂਦਾ ਸੀ ਦੇਖੋ ਗੱਲ ਇਹ ਆ ਉਹ ਪ੍ਰਾਣੀਆਂ ਗੱਲਾਂ ਹੁਣ ਖਤਮ ਹੋ ਗਈਆਂ ਹੁਣ ਬੇਟੀ ਔਰ ਬੇਟਿਆਂ 'ਚ ਕੋਈ ਫਰਕ ਨਹੀਂ ਰਹਿ ਗਿਆ ਅਸੀਂ ਸਾਡਾ ਸਾਡੀ ਵੀ ਜਿਹੜੀ ਸੋਚ ਸੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਵੀ ਇਹੋ ਹੀ ਆ ਕਿ ਬੱਚਿਆਂ ਨੂੰ ਹੋਰ ਉਤਸ਼ਾਹ ਉਹਨਾਂ ਦਾ ਵਧਾਈਏ ਔਰ ਗੇਮਾਂ 'ਚ ਆਪਣਾ ਨਾਮ ਨਾਖਟਣ ਔਰ ਆਪਣੇ ਘਰਦਿਆਂ ਦਾ ਨਾਂ ਰੋਸ਼ਨ ਕਰਨ ਪੰਜਾਬ ਦਾ ਨਾਂ ਰੋਸ਼ਨ ਕਰਨ ਔਰ ਉਸੇ ਤਹਿਤ ਅਸੀਂ ਵੀ ਆਪਣੇ ਇਲਾਕੇ ਤਾਂ ਨੂੰ ਪਤਾ ਹੀ ਆ ਕਿ ਇਸ ਵੇਲੇ 18 ਸਟੇਡੀਅਮ ਜਿਹੜੇ ਨਵੇਂ ਦਾ ਕੰਮ ਚੱਲ ਰਿਹਾ ਔਰ ਇੱਥੇ ਵੀ ਦਲਾਜ ਉਦਨ ਆਇਆ ਸੀਗਾ ਔਰ ਬੇਟੀ ਦੇ ਨਾਂ ਤੇ ਪਿੰਡ ਦੇ ਸਟੇਡੀਅਮ ਨੂੰ ਅਨਾਉਂਸ ਕਰਕੇ ਗਿਆ ਹੈ ਪੰਜ ਹੋਰ ਸਟੇਡੀਅਮ ਅਸੀਂ ਬਣਾਉਣ ਜਾ ਰਹੇ ਹਾਂ ਔਰ ਮੇਰਾ ਖਿਆਲ ਹੈ ਵੀ ਉਹ ਜਿੱਦਣ ਸਟੇਡੀਅਮ ਉਹ ਸਾਰੇ ਬਣ ਗਏ ਸਾਡੇ ਬੱਚਿਆਂ ਨੂੰ ਇੱਥੋਂ ਦੇ ਨੂੰ ਬਹੁਤ ਮੌਕਾ ਮਿਲੂਗਾ ਆਪਣੇ ਚੰਗੇ ਪ੍ਰਦਰਸ਼ਨ ਕਰਨ ਦਾ ਗੱਲ ਕੀਤੀ ਜਦੋਂ ਮਾਨਸਰਮਾਨੀ ਤਾਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਮਾਨ ਦਿੱਤਾ ਕਿ ਜਿੰਨੇ ਵੀ ਖਿਡਾਰੀ ਆਏ ਟੋਕੀਓ 올림픽 ਖੇਡਾਂ ਖੇਡ ਕੇ ਕੱਲ ਹੀ 2.2 ਕਰੋੜ ਰੁਪਏ ਆੜੇ ਹੈਗੇ ਆ ਪੁਰਸਾ ਕੀ ਟੀਮ ਦੇਖਤਾਰੇ ਦਾ 50 ਲੱਖ ਗੁਰਜੀਤ ਨੇ ਦਿੱਤਾ ਕਿ ਹੋਰ ਨਾ ਖਿਡਾਰੀਆਂ ਨੂੰ ਵੀ ਪਰ ਗੁਰਜੀਤ ਉਹਨਾਂ ਦੇ ਪਰਿਵਾਰ ਦੀ ਗੁਰਜੀਤ ਦੀ ਵੀ ਡਿਮਾਂਡ ਰਹਿੰਦੀ ਆ ਕਿ ਇਸ ਟਾਈਮ ਰੇਲਵੇ ਵਿੱਚ ਨੌਕਰੀ ਅਲਾਹਬਾਦ ਕੀਤੀ ਜਾ ਰਹੀ ਆ ਤੇ ਹੁਣ ਪੰਜਾਬ ਸਰਕਾਰ ਦੇ ਵਿੱਚ ਕੋਈ ਹੋਰ ਦਿੱਤੀ ਜਾਵੇ ਨੌਕਰੀ ਜਿਵੇਂ ਹੁਣ ਗੁਰਜੀਤ ਨਾਲ ਗੱਲ ਕਰ ਰਹੇ ਸੀ ਤਾਂ ਇਹਨਾਂ ਨੇ ਦੱਸਿਆ ਕਿ ਮੈਨੂੰ ਘੱਟੋ ਘੱਟ ਜੋ ਮੇਰਾ ਹੱਕ ਬੰਦਾ ਇਨਾਂ ਦੀ ਮੰਗ ਨਹੀਂਗੀ ਇਹ ਮੇਰੀ ਮੰਗ ਆ ਮੈਂ ਕੱਲ ਮੈਨੂੰ ਕੋਈ ਐਹੋ ਜੀ ਵਜ੍ਹਾ ਹੋ ਗਈ ਸੀ ਜਿਹਦੇ ਕਰਕੇ ਉੱਥੋਂ ਆਉਣਾ ਪੈ ਗਿਆ ਇੱਥੇ ਅਮਰਸਰ ਨਹੀਂ ਤੇ ਮੈਂ ਉੱਥੇ ਹੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਦਾ ਕੱਲ ਉਹਨਾਂ ਇੱਥੇ ਅਮਰਸਰ ਵੀ ਆਉਣਾ ਮੈਂ ਉਹਨਾਂ ਨੂੰ ਮਿਲਣਾ ਵੀ ਆ ਜਰੂਰ ਗੱਲ ਕਰਾਂਗੇ ਔਰ ਮੇਰੀ ਤੇ ਪੂਰੀ ਕੋਸ਼ਿਸ਼ ਹੋਊਗੀ ਕਿ ਜੋ ਇਹਨਾਂ ਦੇ ਮਨ ਚ ਆ ਉਹ ਚੀਜ਼ ਦੇ ਨਾਲ ਹੀ ਉਹਨਾਂ ਕੋ ਲੈ ਕੇ ਦਿੱਤੀ ਜਾਵੇ ਜਿਵੇਂ ਸਰਕਾਰ ਵੱਲੋਂ ਸਿੰਘਲਾ ਸਾਹਿਬ ਨੇ ਐਲਾਨ ਕੀਤਾ ਸੀ ਕਿ ਜਿਹੜੇ ਇਹਨਾਂ ਦੇ ਜਿੰਨੇ ਵੀ ਖਿਡਾਰੀ ਹੈਗੇ ਸਾਰਿਆਂ ਦੇ ਘਰਾਂ ਨੂੰ ਰਸਤੇ ਜਿਹੜੇ ਜਾਂਦੇ ਸੜਕਾਂ ਜਾਂਦੀਆਂ ਉਹਨਾਂ ਦੇ ਨਾਮ ਤੇ ਗੁਰਜੀਤ ਦੇ ਨਾਮ ਤੇ ਵੀ ਰੱਖਿਆ ਜਾ ਰਿਹਾ ਹੈ ਸਕੂਲਾਂ ਦੇ ਨਾਮ ਤੇ ਵੀ ਆ ਇੱਕ ਪਿੰਡ ਵਾਸੀਆਂ ਦੀ ਇਲਾਕਾ ਵਾਸੀਆਂ ਦੀ ਇਹ ਵੀ ਮੰਗ ਹੈ ਕਿ ਜਿਹੜਾ ਸਕੂਲ ਹੈ 8ਵੀਂ ਤੱਕ ਉਹਨੂੰ ਅਪਗ੍ਰੇਡ ਕਰਵਾਇਆ ਜਾਵੇ ਜਿਹੜਾ ਇਸ ਪਿੰਡ ਦਾ ਸਕੂਲ ਹੈ ਦੇ ਜੇ ਸਾਰਿਆਂ ਦੀ ਮੰਗ ਹੈ ਤੇ ਅਪਗ੍ਰੇਡ ਤੇ ਅਸੀਂ ਅੱਗੇ ਹੀ ਕਰਾ ਰਹੇ ਹਾਂ ਕਾਫੀ ਸਕੂਲ ਇਹ ਮੇਰਾ ਖਿਆਲ ਨਹੀਂ ਹੈਗਾ ਦਸਰਾ ਉਰ ਹੋਏਗਾ ਦਸਰਾ ਉਰ ਹੈਗਾ ਦਸਰਾ ਉਰ 12ਵੀਂ ਤੱਕ ਇਹ ਪਤਾ ਲੱਗਾ ਕਿ 8ਵੀਂ ਤੱਕ ਆਏ ਤੇ ਚਲੋ ਇਹਨੂੰ ਇਹਨੂੰ 10ਵੀਂ ਤੱਕ ਕਰਾ ਦਿੰਨੇ ਆ ਫਿਰ ਠੀਕ ਧੰਨ ਜੀ ਅਸੀਂ ਗੁਰਜੀਤ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਗੁਰਜੀਤ ਅਸੀਂ ਦੇਖ ਰਹੇ ਸੀ ਕੱਲ ਵੀ ਤੁਹਾਨੂੰ ਪਿਛਲੇ ਸਮੇਂ ਵੀ ਵੱਡਾ ਮਾਣ ਮਿਲਿਆ ਤੁਸੀਂ ਉੱਥੇ ਨਾਮ ਨਾ ਕੱਟ ਗਿਆ ਸੀ ਹੁਣ ਸਰਕਾਰੀਆ ਸਭ ਘਰ ਪਹੁੰਚੇ ਆ ਅੱਜ ਵੱਡਾ ਮਾਣ ਉਹਨਾਂ ਨੂੰ ਲੋ ਦਿੱਤਾ ਗਿਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਇੰਨੇ ਮੁਸ਼ਕਲ ਟਾਈਮ ਚੋਂ ਕੱਢ ਕੇ ਉਹ ਮੈਨੂੰ ਇੱਥੇ ਮਿਲਣ ਆਇਆ ਗਿਆ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਕਿ ਇੰਨਾ ਮੈਨੂੰ ਪਿਆਰ ਸਤਕਾਰ ਦਿੱਤਾ ਆ ਹਮੇਸ਼ਾ ਦਿੰਦੇ ਆ ਔਰ ਅੱਜ ਵੀ ਮੈਨੂੰ ਦਿੱਤਾ ਉਸ ਲਈ ਮੈਂ ਬਹੁਤ ਖੁਸ਼ ਨਸੀਬ ਆ ਕਿ ਸ਼ਾਇਦ ਮੈਨੂੰ ਇੰਨਾ ਪਿਆਰ ਸਤਕਾਰ ਮਿਲਿਆ ਕੱਲ ਵੀ ਬੜਾ ਮਾਨ ਸਨਮਾਨ ਅਸੀਂ ਦੇਖ ਰਹੇ ਸੀ ਲਾਈਵ ਸਾਰੇ ਟੈਲੀਕਾਸਟ ਹੋ ਰਿਹਾ ਸੀ ਕਿ ਜਿੱਥੇ ਦੂਜੇ ਖਿਡਾਰੀਆਂ ਨੂੰ ਮਾਨ ਸਨਮਾਨ ਦਿੱਤੇ ਗਏ ਸੀ ਉੱਥੇ ਤੁਹਾਨੂੰ ਵੀ ਬੜਾ ਵੱਡਾ ਮਾਨ ਦਿੱਤਾ ਗਿਆ ਹਾਂਜੀ ਜਿੱਥੇ ਸਾਰਿਆਂ ਨੂੰ ਦਿੱਤਾ ਗਿਆ ਉੱਥੇ ਕਿਉਂਕਿ ਸਾਰਿਆਂ ਤੋਂ ਮੈਡਲ ਸੀਗਾ ਉਹਨਾਂ ਨੂੰ ਤਾਂ ਉਹਨਾਂ ਦਾ ਹੱਕ ਮਿਲ ਹੀ ਰਿਹਾ ਸੀਗਾ ਔਰ ਬਹੁਤ ਜ਼ਿਆਦਾ ਖੁਸ਼ ਸੀਗੇ ਔਰ ਮੈਂ ਨਾ ਮੈਡਲ ਹੁੰਦਿਆਂ ਹੋਇਆਂ ਮੈਨੂੰ ਇੰਨਾ ਪਿਆਰ ਸਤਿਕਾਰ ਮਿਲਿਆ ਉਸ ਲਈ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੀ ਹਾਂ ਕਿ ਮੇਰੇ ਜਿਹੜੇ ਇਲਾਕੇ ਹਲਕੇ ਦੇ ਲੋਕ ਆ ਜਿਹੜੇ ਸਾਡੇ ਦੇਸ਼ ਵਾਸੀ ਵਾਸੀ ਲੋਕ ਆ ਮੈਨੂੰ ਇੰਨਾ ਪਿਆਰ ਦੇਦੇ ਆ ਉਸ ਲਈ ਮੈਂ ਬਹੁਤ ਖੁਸ਼ ਆ ਜਿਵੇਂ ਕਿ ਸਰਕਾਰੀ ਸਾਹਿਬ ਨਾਲ ਗੱਲਬਾਤ ਤੁਸੀਂ ਵੀ ਡਿਮਾਂਡ ਰੱਖੀ ਸੀ ਅਸੀਂ ਵੀ ਗੱਲਬਾਤ ਕੀਤੀ ਹੈ ਇਹਨਾਂ ਨੇ ਕਿਹਾ ਕਿ ਹੁਣ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਗੱਲਬਾਤ ਕਰਾਂਗੇ ਜਿਹੜੀ ਤੁਹਾਨੂੰ ਇੱਥੇ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਦਿਵਾਉਣ ਦੀ ਜੀ ਬਿਲਕੁਕੁਲ ਮੈਂ ਸਰ ਨੂੰ ਵੀ ਰਿਕਵੈਸਟ ਕੀਤੀ ਹੈ ਮੈਂ ਕੱਲ ਸਰਨਾ ਉੱਥੇ ਵੀ ਚੰਡੀਗੜ੍ਹ ਵੀ ਰਿਕਵੈਸਟ ਕੀਤੀ ਸੀ ਕਿ ਮੈਂ ਪੰਜਾਬ ਤੋਂ ਬਾਹਰ ਜੋਬ ਕਰ ਰਹੀ ਹਾਂ ਮੇਰੇ ਲਈ ਬਹੁਤ ਮੁਸ਼ਕਲ ਹੈ ਕਿ ਐਟ ਲੀਸਟ ਮੈਨੂੰ ਪੰਜਾਬ 'ਚ ਜੋਬ ਮਿਲੇ ਤਾਂ ਮੈਨੂੰ ਆਪਣੇ ਘਰ 'ਚ ਜੋਬ ਮਿਲੂਗੀ ਤਾਂ ਮੇਰੇ ਲਈ ਬਹੁਤ ਵਧੀਆ ਗੱਲ ਹੈ ਕਿ ਮੈਂ ਪੰਜਾਬ 'ਚ ਰਹਿ ਕੇ ਪੰਜਾਬ ਦੀ ਸੇਵਾ ਕਰਾਂ ਤਾਂ ਜ਼ਿਆਦਾ ਬੈਟਰ ਹੈ ਪ ਮੈਂ ਉਹਨਾਂ ਨੂੰ ਇਹੋ ਕਹਿਣਾ ਚਾਹੁੰਗੀ ਵੀ ਉਹ ਚਾਹੇ ਕਿਸੇ ਵੀ ਫੀਲਡ 'ਚ ਆ ਕੁਝ ਵੀ ਕਰਦੇ ਆ ਕਿਸੇ ਦਾ ਖੇਡਣ 'ਚ ਰੁਚੀ ਆ ਚਾਹੇ ਕਿ ਇਹਦੀ ਸਟੱਡੀ 'ਚ ਰੁਚੀ ਆ ਉਹਦੇ ਪਹਿਲਾਂ ਸਾਨੂੰ ਜਰੂਰ ਸਪੋਰਟ ਕਰਨ ਉਹਨਾਂ ਦੇ ਕੋਚਸ ਉਹਨਾਂ ਨੂੰ ਪੂਰੀ ਸਪੋਰਟ ਕਰਨ ਉਹਨਾਂ ਦੇ ਹਲਕੇ ਦੇ ਲੋਕ ਉਹਨਾਂ ਨੂੰ ਸਪੋਰਟ ਕਰਨ ਕਿ ਤਾਂ ਜੋ ਜੋ ਬੱਚਾ ਵਾ ਉਹ ਉੱਠ ਕੇ ਉੱਪਰ ਆ ਸਕੇ ਤੋ ਤੁਹਾਨੂੰ ਸੁਣਾ ਗੁਰਜੀਤਾਂ ਕੋ ਸਾਡੇ ਨਾਲ ਦਿਲਰਾਜ ਸਿੰਘ ਸਰਕਾਰੀਆ ਜੀ ਮੌਜੂਦ ਹੈ ਜਿਨ੍ਹਾਂ ਨੇ ਕਿ ਪਿਛਲੇ ਚੱਲਦੇ ਮੈਚ ਦੌਰਾਨ ਹੀ ਇੱਕ ਵੱਡਾ ਐਲਾਨ ਕੀਤਾ ਸੀ ਕਿ ਗੁਰਜੀਤ ਦੇ ਨਾਮ ਤੇ ਪਿੰਡ ਵਿੱਚ ਸਟੇਡੀਅਮ ਬਣਾਇਆ ਜਾਵੇਗਾ ਤੇ 2-3 ਦਿਨ ਦੇ ਬਾਅਦ ਵਿੱਚ ਉਹਨਾਂ ਨੂੰ ਸਟੇਡੀਅਮ ਤਿਆਰ ਕਰਤਾ ਉਹ ਵੀ ਅੱਜ ਨਾਲ ਪਹੁੰਚੇ ਸਰਕਾਰੀਆ ਸਾਹਿਬ ਉਹਨੂੰ ਗੁਰਜੀਤ ਨੂੰ ਸਨਮਾਨ ਕਰਨ ਅਤੇ ਹਾਂਜੀ ਦਿਲਰਾਜ ਜੀ ਸਭ ਤੋਂ ਪਹਿਲਾਂ ਤੁਹਾਡਾ ਅਜੀਤੇ ਸਵਾਗਤ ਹੈ ਧੰਨਵਾਦ ਜੀ ਸਾਰੇ ਅਜੀਤ ਦੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਵੱਡਾ ਮਾਣ ਪ੍ਰਾਪਤ ਕਰਕੇ ਜਿਵੇਂ ਆਪਾਂ ਅੱਗੇ ਵੀ ਆਏ ਸੀ ਤੇ ਗਰਜੀਤ ਹੁਣ ਘਰ ਪਹੁੰਚ ਚੁੱਕੀ ਤੁਸੀਂ ਉੱਚੇਚੇ ਤੌਰ ਤੇ ਸਨਮਾਨਤ ਕਰ ਲਈ ਪਹੁੰਚੋ ਕਿੰਨਾ ਕ ਮਾਣ ਮਹਿਸੂਸ ਹੁੰਦਾ ਜਿਹੋ ਇਹੋ ਜਿਹੀਆਂ ਤਰੀਆਂ ਆਪਾਂ ਮਿਲਦੇ ਆ ਤੁਸੀਂ ਦੇਖੋ ਜੀ ਸਹੀ ਮਾਇਨਿਆਂ ਵਿੱਚ ਕੋਈ ਅਲਫ਼ਾਜ਼ ਹੀ ਨਹੀਂ ਹੈਗੇ ਕਿ ਆਪਣੀ ਖੁਸ਼ੀ ਵਿਅਕਤ ਕਰ ਸਕਾਂ ਔਰ ਸਾਡੀ ਬੇਟੀ ਨੇ ਜਿੰਨਾ ਮਾਣ ਸਾਡੇ ਪਿੰਡ ਦਾ ਮਿਆਦੀ ਕਲਾਂ ਦਾ ਸਾਡੇ ਇਲਾਕੇ ਦਾ ਵਧਾਇਆ ਹੈ ਮੇਰੇ ਖਿਆਲ ਨਾਲ ਸਾਡੇ ਕੋਲ ਕੋਈ ਸ਼ਬਦ ਹੀ ਨਹੀਂ ਹੈਗੇ ਔਰ ਜਿੰਨਾ ਵੀ ਪਿਆਰ ਔਰ ਸਤਕਾਰ ਇਸ ਬੇਟੀ ਦਾ ਕੀਤਾ ਜਾਏ ਓਨਾ ਹੀ ਥੋੜਾ ਹੈ ਹੁਣ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਇਸ ਖੇਤਰ ਨੌਜਵਾਨ ਸਾਥੀਆਂ ਨੂੰ ਇਹੋ ਹੀ ਅਪੀਲ ਕਰਨੀ ਚਾਹੁੰਗਾ ਕਿ ਆਪਾਂ ਜਿਵੇਂ ਗਰਜੀਤ ਕੌਰ ਨੇ ਸਾਡੇ ਇਲਾਕੇ ਦਾ ਇਸ ਰਾਜਾ ਸਾਸੀ ਹਲਕੀ ਦਾ ਇਸ ਬਾਰਡਰ ਏਰੀਏ ਦਾ ਨਾਮ ਰੋਸ਼ਨ ਕੀਤਾ ਹੈ ਉਸੇ ਤਰ੍ਹਾਂ ਆਪਾਂ ਵੀ ਸਾਰੇ ਮਿਹਨਤ ਕਰਕੇ ਖੇਡਾਂ ਵੱਲ ਪ੍ਰੇਰਿਤ ਹੋਈਏ ਔਰ ਰਾਜਾ ਸਾਸੀ ਹਲਕੀ ਵਿੱਚ ਖਾਸ ਤੌਰ ਤੇ ਅਸੀਂ ਤਕਰੀਬਨ 18 ਸਟੇਡੀਅਮਸ ਬਣਾ ਕੇ ਦੇ ਰਹੇ ਹਾਂ ਜਿਵੇਂ ਕਿ ਮਿਨਿਸਟਰ ਸਾਹਿਬ ਨੇ ਕਿਹਾ ਔਰ ਮੇਰੇ ਖਿਆਲ ਨਾਲ ਜਿਹੜੀ ਘਾਟ ਸੀਗੀ ਇਹ ਬਾਰਡਰ ਬੈਲਟ ਨੂੰ ਪਹਿਲਾਂ ਮਹਿਸੂਸ ਹੁੰਦੀ ਕਿ ਸਾਡੇ ਕੋ ਖੇਡਾਂ ਵੱਲ ਬੱਚਿਆਂ ਨੂੰ ਤੋਰਨ ਲਈ ਕੋਈ ਸਾਡੇ ਕੋ ਇਨਫਰਾਸਟ੍ਰਕਚਰ ਜਿਸ ਗੋ ਸਾਰੀ ਅਸੀਂ ਕਮੀ ਪੂਰੀ ਕਰਕੇ ਦੇ ਰਹੇ ਹਾਂ ਔਰ ਮੇਰੇ ਖਿਆਲ ਨਾਲ ਬਾਰਡਰ ਏਰੀਆ ਦੇ ਖਾਸ ਤੌਰ ਤੇ ਇਸ ਬੈਲਟ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਖੇਡਾਂ ਵੱਲ ਜਾਣ ਲਈ ਕੋਈ ਕਮੀ ਮਹਿਸੂਸ ਨਹੀਂ ਹੋਊਗੀ। ਧੰਨਵਾਦ ਜੀ ਸਾਡੇ ਨਾਲ ਗੁਰਜੀਤ ਦੇ ਪਿਤਾ ਸਤਨਾਮ ਸਿੰਘ ਵੀ ਹੈਗੇ ਆ। ਹਾਂਜੀ ਭਾਜੀ ਵੱਡੇ ਮਾਨ ਸਨਮਾਨ ਹੋ ਰਿਹਾ ਹੈ। ਕਿੰਨਾ ਕੁ ਫਖਰ ਮਹਿਸੂਸ ਕਰਦੇ ਜੋ ਆਪਣੀ ਇਸ ਹੋਰਤੀ ਦੇ। ਵੇਖੋ ਜੇ ਸਭ ਤੋਂ ਪਹਿਲਾਂ ਸਰਕਾਰੀਆ ਸਾਹਿਬ ਦਾ ਬਹੁਤ ਧੰਨਵਾਦ ਆ। ਸਾਡੇ ਨਗਰ ਵਿੱਚ ਆਣ ਕੇ ਸਾਡੇ ਘਰ ਵਿੱਚ ਆਣ ਕੇ ਸਾਨੂੰ ਵਧਾਈ ਦਿੱਤੀ ਆ। ਕਿਉਂਕਿ ਸਾਡੇ ਵੱਲੋਂ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਆ। ਸਰਕਾਰੀਆ ਸਾਹਿਬ ਦਾ ਦਲਰਾਜ ਸਿੰਘ ਸਰਕਾਰੀਆ ਸਾਹਿਬ ਦਾ ਵੀ ਤੇ ਬਾਕੀ ਚਲੋ ਉਹਨਾਂ ਆਪਣਾ ਕੈਸ਼ ਦੇ ਵਿੱਚੋਂ 10 ਲੱਖ ਦਾ ਜਿਹੜਾ ਚੈੱਕ ਆ ਉਹ ਗੁਰਜੀਤ ਕੌਰ ਨੂੰ ਦਿੱਤਾ ਓਏ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੀ ਤੇ ਜਿਹੜਾ ਆਪਾਂ ਸਕੂਲ ਦੀ ਗੱਲ ਕਰਦੇ ਸੀ ਉਹ ਵੀ ਸਰਕਾਰੀਆ ਸਾਹਿਬ ਨੇ ਕਿਹਾ ਕਿ ਆਪਾਂ ਅਪਗ੍ਰੇਡ ਜਿਹੜਾ ਸਕੂਲ ਹੈ ਦਸਮੀ ਦਾ ਕਰਦੇ ਆਂਗੇ ਤੇ ਬਾਕੀ ਸਾਡੀ ਚਲੋ ਗੁਰਜੀਤ ਦੀ ਮੰਗੇ ਹੋਇਆ ਸਾਡੇ ਵੀ ਇਹ ਹੋਏ ਪਰਿਵਾਰਾਂ ਵੱਲੋਂ ਬੇਨਤੀ ਹੈ ਸਰਕਾਰੀਆ ਸਾਹਿਬ ਨੂੰ ਕਿ ਜਿਹੜੀ ਹੈ ਪੰਜਾਬ ਦੇ ਵਿੱਚ ਜੋਬ ਹੈ ਦੀ ਤੇ ਤੀ ਜਾਵੇ ਇਹਨੂੰ ਤੇ ਡੀਐਸਪੀ ਦਾ ਜਿਹੜਾ ਰੈਂਕ ਬੰਦਾ ਉਹ ਦਵਾਇਆ ਜਾਵੇ ਕਿਉਂਕਿ ਸਰਕਾਰੀਆ ਸਾਹਿਬ ਅੱਜ ਸਭ ਕੁਝ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਹੱਥ ਸੀਵਾਗ ਡੋਰੇ ਆ ਹਾਂ ਉਹਨਾਂ ਨੇ ਵਿਸ਼ਵਾਸ ਦਵਾਇਆ ਆਪਾਂ ਵੀ ਅੰਦਰ ਗੱਲਬਾਤ ਜਦੋਂ ਕਰ ਰਹੇ ਸੀ ਹੁਣ ਵੀ ਉਹਨਾਂ ਦਵਾ ਕੇ ਜਿਹੜੀ 16 ਤਰੀਕ ਨੂੰ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਜਿਹੜਾ ਸੀਐਮ ਸਾਹਿਬ ਨਾਲ ਜਿਹੜਾ ਗੱਲਬਾਤ ਕਰਨੇ ਕਿਤੇ ਹੋ ਸਕਦਾ ਕਿ ਜਲਦੀ ਮਹਾਰਾਜ ਕਿਰਪਾ ਕਰੇ ਤੇ ਨਾਅ ਹੋ ਸਕਦਾ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਗਿਆ ਅਸੀਂ ਕੱਲ ਨੂੰ ਸੀਐਮ ਸਾਹਿਬ ਨਾਲ ਅਮਰਸਾਧਾ ਹੋਣਾ ਅਸੀਂ ਕੱਲ ਨੂੰ ਗੱਲਬਾਤ ਕਰਾਂਗੇ ਫਿਰ ਸਾਨੂੰ ਪੂਰਾ ਵਿਸ਼ਵਾਸ ਆ ਸਰਕਾਰੀਆ ਕਿਉਂਕਿ ਇਹਨਾਂ ਦਾ ਹਲਕਾ ਆ ਇਹ ਕੱਲੀ ਲੜਕੀ ਆ ਸਿਰਫ ਇਹਨਾਂ ਦੇ ਹਲਕੇ ਦੇ ਵਿੱਚ ਤੇ ਸਾਨੂੰ ਬਹੁਤ ਪਛਵਾਸ਼ ਆ ਸਰਕਾਰ ਦੇ ਸਾਹਬ ਤੇ ਵੀ ਇਹ ਜਿਹੜੀ ਆ ਸੋ ਤੁਸੀਂ ਦੇਖ ਰਹੇ ਸੀ ਕਿ ਪੰਜਾਬ ਦਾ ਮਾਨ ਬਣੀ ਗੁਰਜੀਤ ਕੌਰ ਮਿਆਂਦੀਆਂ ਦਾ ਜਿੱਥੇ ਕੱਲ ਭਰਵਾਂ ਸਵਾਗਤ ਹੋਇਆ ਮਾਨ ਸਨਮਾਨ ਹੋਇਆ ਉੱਥੇ ਹੀ ਕੈਬਨ ਮੈਂਟਰੀ ਪੰਜਾਬ ਸੁਖਬਿੰਦਰ ਸਿੰਘ ਸੂਖ ਸਰਕਾਰੀਆਂ ਵੀ ਅੱਜ ਉੱਚੇਚੇ ਤੌਰ ਤੇ ਉਹਨਾਂ ਦੇ ਗ੍ਰੈਪ ਪੁਜੇ ਜਿੱਥੇ ਉਹਨਾਂ ਵੱਲ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਉੱਥੇ ਹੀ 10 ਲੱਖ ਰੁਪਏ ਨਕਦ ਰਕਮ ਦੇ ਕੇ ਵੀ ਉਹਨਾਂ ਦਾ ਵੱਡਾ ਮਾਣ ਸਨਮਾਨ ਕੀਤਾ ਗਿਆ ਇਸ ਨਾਲ ਹੀ ਗੁਰਜੀਤ ਦੀ ਮੰਗ ਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਜੋ ਉਹਨਾਂ ਨੂੰ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਇਲਾਹਾਬਾਦ ਇਸਮੇਂ ਨੌਕਰੀ ਕਰਦੇ ਪੰਜਾਬ ਦੇ ਵਿੱਚ ਨੌਕਰੀ ਦਿਵਾਉਂ ਲਿਓ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨੀਤ ਸਿੰਘ ਜੋ ਕਿ ਅੰਮ੍ਰਿਤਸਰ ਆ ਰਹੇ ਤੇ 16 ਤਰੀਕ ਨੂੰ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜਿਹੜੀ ਕੈਪਟਨ ਸਾਹਿਬ ਨਾਲ ਗੱਲਬਾਤ ਕਰਨਗੇ ਸੋ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਜੀ ਗਰਜੀਤ ਕੌਰ ਨੂੰ ਜਿਹੜੀ ਨੌਕਰੀ ਦੇ ਕੇ ਨਵਾਜਦੀ ਹੈ ਜੀਟੀਬਾਬੀ ਟੀਵੀ ਲਈ ਸਹਿਯੋਗੀ ਗੁਰਵਿੰਦਰ ਸਿੰਘ ਸੀਨਾ ਨਾਲ ਗੁਰਪ੍ਰੀਤ ਸਿੰਘ ਢਿੱਲੋਂ ਮਿਆਦੀਆਂ ਅਜੀਨਾਲਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ